ਕਾਂਗਰਸ ਦਾ ਕੀ ਰਹੂਗਾ, ਮੈਂ ਕਾਂਗਰਸ ਦਾ ਕਰਕੇ ਨਹੀਂ ਆਇਆ, ਮੈਂ ਸਾਰੇ ਬੰਦਿਆਂ ਦਾ, ਚਾਹੇ ਬੇਕਾਂਗਰਸੀ ਵੀ ਕੋਈ ਇੱਥੇ ਇੰਡੀਪੈਂਡੈਂਟ ਵੀ ਹੈ, ਉਹਦੀ ਵੀ ਲੜਾਈ ਲੜੂੰਗਾ। ਕਾਂਗਰਸ ਨਹੀਂ ਕਿਸੇ ਦੇ ਕੈਂਸਲ ਹੋ ਕਿਸੇ ਦੇ ਵੀ, ਇਕੱਲਾ ਕਾਂਗਰਸੀ ਥੋੜ੍ਹੇ ਮੈਂ ਕੀ ਕੋਈ ਆਜ਼ਾਦ ਹੈ, ਕੋਈ ਕੋਲ ਹਰਾਸਮੈਂਟ ਹੈ, ਲੋਕਾਂ ਨੂੰ ਪਾਗਲ ਕਰਤਾ। 4 ਵਜੇ ਲਿਸਟ ਲਾਉਣੀ ਸੀ, ਇਹਨਾਂ ਦੇ ਅਫਸਰਾਂ ਤੋਂ ਲਿਸਟ ਨਹੀਂ ਲੱਗੀ, ਕਿਉਂਕਿ ਜਿਹੜੇ ਲੋਕਲ ਲੋਕ ਨੇ, ਲੀਡਰ ਨੇ, ਆਮ ਆਦਮੀ ਪਾਰਟੀ ਦੇ, ਉਹ ਫਾਈਲਾਂ ਲੈ ਕੇ ਜਿੱਥੇ ਜਿੱਥੇ ਇਹਨਾਂ ਨੂੰ ਲੱਗਦਾ ਵੀ ਅਸੀਂ ਹਾਰਦੇ ਹਾਂ ਉੱਥੇ ਕਾਗਜ਼ ਕੈਂਸਲ ਕਰਾ ਦਿਓ। ਸੋ ਮੈਂ SDM ਨੂੰ ਕਹਿ ਕੇ ਆਇਆ ਅਤੇ RO ਸਾਹਿਬਾਨਾਂ ਨੂੰ ਕਹਿ ਕੇ ਆਇਆ ਕਿ ਕਿਰਪਾ ਕਰਕੇ ਐਸੀ ਕੋਈ ਗਲਤੀ ਨਾ ਕਰਿਓ ਜਿਹੜਾ ਤੁਹਾਨੂੰ ਹਰਜਾਨਾ ਭੁਗਤਣਾ ਪਵੇ। ਸਮਾਂ ਆਉਂਦਾ ਜਾਂਦਾ ਰਹਿੰਦਾ, ਔਰ ਈਵਨ ਡਿਪਟੀ ਕਮਿਸ਼ਨਰ ਨੂੰ ਵੀ ਮੈਂ ਗੱਲ ਕਹੀ ਹੈ, ਔਰ ਮੈਂ ਇਹ BDPO ਫੋਨ ਨਹੀਂ ਚੱਕ ਰਿਹਾ, ਉਹਨੂੰ ਵੀ ਕਹਿਣਾ ਚਾਹੁੰਦਾ, ਕਿਸੇ ਨੂੰ ਕਹਿ ਦਿੱਤਾ ਜਾਂਦਾ ਵੀ ਇਹਨੇ ਕਬਜ਼ਾ ਕੀਤਾ, ਫਲਾਂ ਕੀਤਾ, ਪੂਰੀ ਰਿਪੋਰਟ ਆ ਰਹੀ ਹੈ, ਰਿਪੋਰਟ ਮੰਗਾ ਰਹੇ ਹੈ। ਇਸ ਤਰ੍ਹਾਂ ਦੀ ਅਗਰ ਕੋਈ ਗੱਲ ਹੋਏਗੀ ਤਾਂ ਫਿਰ ਅਸੀਂ ਜ਼ਰੂਰ ਲੜਾਈ ਲੜਾਂਗੇ। ਅਸੀਂ ਇਹ ਚਾਹੁੰਦੇ ਹਾਂ ਪੂਰੇ ਜ਼ਿਲ੍ਹੇ 'ਚ ਇੱਦਾਂ ਦਾ ਹੋ ਰਿਹਾ, ਮੁਕਤਸਰ 'ਚ ਵੀ ਹੋ ਰਿਹਾ, ਇੱਥੇ ਵੀ ਹੋ ਰਿਹਾ। ਸੋ ਅਗਰ ਇਸ ਤਰ੍ਹਾਂ ਦਾ ਕੋਈ ਕੰਮ ਚੱਲੇਗਾ ਤਾਂ ਫਿਰ ਅਸੀਂ ਅਫਸਰਾਂ ਨੂੰ ਐਂ ਜਾਣ ਨਹੀਂ ਦੇਣਾ। ਹਾਂ, ਫਿਰ ਕੋਈ ਇਹ ਨਾ ਸੋਚੇ ਵੀ ਆਪਦਾ ਵੀ ਅਸੀਂ ਜਾਵਾਂਗੇ। ਪਰ ਆਪੇ ਦਾ ਇਲੈਕਸ਼ਨ ਹੋਣਾ ਚਾਹੀਦਾ, ਬਿਲਕੁਲ ਇਲੈਕਸ਼ਨ ਹੋਵੇ, ਚੋਣਾਂ ਹੋਵੇ, ਜਿਹੜਾ ਵਿਅਕਤੀ ਜਿੱਤਦਾ ਚਾਹੇ ਉਹ ਕਿਸੇ ਪਾਰਟੀ ਦਾ, ਚਾਹੇ ਉਹ ਮੈਂਬਰ ਆ, ਹੁਣ ਕਿਸੇ ਦਾ ਹੱਕ ਥੋੜ੍ਹੀ ਖੋ ਸਕਦੇ। ਔਰ ਪਿੰਡਾਂ ਦੇ ਵਿਰੋਧ ਲੋਕ ਕਰਨਗੇ ਇਸ ਗੱਲ ਦਾ, ਜਿੱਥੇ ਜਿੱਥੇ ਕਾਗਜ਼ ਕੈਂਸਲ ਕਰਾਉਣ ਦੀ ਕੋਸ਼ਿਸ਼ ਕੀਤੀ ਨਾ, ਉਹ ਦੱਸ ਦੇਣਗੇ ਲੋਕ। ਕਾਂਗਰਸ ਦਾ ਕੀ ਰਹੇਗਾ? ਸੋ ਹਾਂਜੀ, ਕਾਂਗਰਸ ਦਾ ਕੀ ਰਹੇਗਾ ਜੇ ਕੋਈ ਹੁੰਦਾ ਇਸ ਤਰ੍ਹਾਂ? ਕਾਂਗਰਸ ਦਾ ਕੀ ਰਹੂਗਾ, ਮੈਂ ਕਾਂਗਰਸ ਦਾ ਕਰਕੇ ਨਹੀਂ ਆਇਆ, ਮੈਂ ਸਾਰੇ ਬੰਦਿਆਂ ਦਾ, ਚਾਹੇ ਬੇਕਾਂਗਰਸੀ ਵੀ ਕੋਈ ਇੱਥੇ ਇੰਡੀਪੈਂਡੈਂਟ ਵੀ ਹੈ, ਉਹਦੀ ਵੀ ਲੜਾਈ ਲੜੂੰਗਾ। ਕਾਂਗਰਸ ਨਹੀਂ ਕਿਸੇ ਦੇ ਕੈਂਸਲ ਹੋ ਕਿਸੇ ਦੇ ਵੀ, ਇਕੱਲਾ ਕਾਂਗਰਸੀ ਥੋੜ੍ਹੇ ਮੈਂ MP ਹੈ, ਮੈਂ ਸਾਰਿਆਂ ਦਾ MP ਹੈ, ਸਾਰੇ ਮੇਰੇ ਬੰਦੇ, ਕੋਈ ਆਜ਼ਾਦ ਹੈ, ਕੋਈ ਕੋਲ ਹਰਾਸਮੈਂਟ ਹੈ, ਲੋਕਾਂ ਨੂੰ ਪਾਗਲ ਕਰਤਾ। 4 ਵਜੇ ਲਿਸਟ ਲਾਉਣੀ ਸੀ, ਇਹਨਾਂ ਦੇ ਅਫਸਰਾਂ ਤੋਂ ਲਿਸਟ ਨਹੀਂ ਲੱਗੀ, ਕਿਉਂਕਿ ਜਿਹੜੇ ਲੋਕਲ ਲੋਕ ਨੇ, ਲੀਡਰ ਨੇ, ਆਮ ਆਦਮੀ ਪਾਰਟੀ ਦੇ, ਉਹ ਫਾਈਲਾਂ ਲੈ ਕੇ ਉਹ ਦੱਸ ਰਹੇ ਵੀ ਇਹ ਤੇ ਓਬਜੈਕਸ਼ਨ ਲਾ ਦੇ, ਇਹ ਤੇ ਓਬਜੈਕਸ਼ਨ ਲਾ ਦੇ, ਪਰ ਇਹ ਹੋਣ ਨਹੀਂ ਦੇਣਾ। ਇਹ ਕੋਈ ਐ ਖਰਾਈ ਦਾ ਵਾਰਾ ਨਹੀਂ ਗਾ, ਜਿਹੜਾ ਮਰਜ਼ੀ ਚਲਾ ਦੇ।